ਕੀ ਨਾਂ ਜੀ ਆਪਣਾ? ਮੇਰਾ ਨਾਮ ਅਮਿਤ ਜੀ। ਕੀ ਜਿਸ ਤਰ੍ਹਾਂ ਇੱਕ ਟੈਂਟ ਸਿਟੀ ਬਣ ਜਾ ਰਹੇ ਹੈਗਾ, ਕੀ ਕਹਿਣਾ ਉਹਦੇ ਬਾਰੇ ਤੁਸੀਂ? ਮੇਰਾ ਇਹਦੇ ਬਾਰੇ ਯਕੀਨ ਹੈ ਕਿ ਇਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਸਾਡਾ ਏਰੀਆ ਜੋ ਹੈ ਡਿਵੈਲਪ ਹੋਏਗਾ, ਅਤੇ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਫੋਰੈਸਟ ਡਿਪਾਰਟਮੈਂਟ ਰਲ ਕੇ ਬਣਾ ਰਹੇ ਨੇ। ਸਾਡੇ ਇਲਾਕਿਆਂ ਨੂੰ ਬਹੁਤ ਵੱਡਾ ਫਾਇਦਾ ਇਸ ਚੀਜ਼ ਦਾ, ਜੋ ਕਿ ਇੱਕ ਪਿਛੜਿਆ ਇਲਾਕਾ ਸੀ ਅਤੇ ਸਰਕਾਰ ਦੇ ਇਸ ਉਪਰਾਲੇ ਨਾਲ ਸਾਨੂੰ ਬਹੁਤ ਮਦਦ ਮਿਲੇਗੀ ਆਉਣ ਵਾਲੇ ਸਮੇਂ 'ਚ। ਮੈਂ ਪ੍ਰੇਮ ਸਿੰਘ, ਐਕਸ ਪੰਚ ਧਾਰਕਲਾਂ, ਔਰ ਸਾਡੇ ਇਸ ਪਿੰਡ 'ਚ ਵਣ ਵਿਭਾਗ ਨੇ ਜਿਹੜਾ ਕੰਮ ਲਾਇਆ ਹੈ ਇਹ ਬਹੁਤ ਸਰਾਹਨੀ ਹੈ, ਔਰ ਆਉਣ ਵਾਲੇ ਟਾਈਮ 'ਚ ਸਾਡੇ ਸਥਾਨੀ ਲੋਕਾਂ ਨੂੰ ਇਹਦਾ ਕਾਫੀ ਫਾਇਦਾ ਹੋ ਸਕਦਾ ਹੈ। ਔਰ ਮੈਂ ਇੱਕ ਬੇਨਤੀ ਹੋਰ ਕਰਾਂਗਾ ਕਿ ਇਸ ਇਲਾਕੇ ਵਿੱਚ ਹੋਰ ਵੀ ਇਹੋ ਜਿਹੇ ਕੰਮ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਸਰ, ਮੇਰਾ ਨਾਮ ਰਕਿਤ ਮਹਾਜਨ ਹੈ ਜੀ, ਪਠਾਨਕੋਟ ਤੋਂ ਆਇਆ, ਸਪੈਸ਼ਲੀ ਤਾਰਕਰਾਂ ਰਣਜੀਤ ਸਾਗਰ ਡੈਮ 'ਚ ਘੁੰਮਣ ਆਇਆ ਆਪਣੇ ਫਰੈਂਡਸ ਦੇ ਨਾਲ। ਅਤੇ ਇੱਕ ਕਾਫੀ ਅੱਛਾ ਉਪਰਾਲਾ ਦੇਖਿਆ ਕਿ ਵਿਭਾਗ ਜਾਂ ਫੋਰੈਸਟ ਆਫਿਸ ਹੈਗਾ, ਉਹਨਾਂ ਨੇ ਕਾਫੀ ਇੱਕ ਅੱਛਾ ਮੂਵਮੈਂਟ ਲਿਆ ਕਿ ਧਾਰਕਲਨ ਵਿੱਚ ਇੱਕ ਸਿਟੀ ਟੈਂਟ ਹਾਊਸ ਤਿਆਰ ਕੀਤਾ ਜਾ ਰਿਹਾ ਰਣਜੀਤ ਸਾਗਰ ਡੈਮ ਵਿੱਚ, ਜਿਹਦੇ ਨਾਲ ਕਿ ਇੱਕ ਟੂਰਿਜ਼ਮ ਹੱਬ ਬਣੇਗਾ ਪੰਜਾਬ ਦਾ। ਇੱਕ ਪੰਜਾਬ ਦਾ ਸੁਪਨਾ ਸੀਗਾ ਧਾਰਕਲਨ ਨੂੰ ਡਿਵੈਲਪ ਕਰਨਾ ਅਤੇ ਰਣਜੀਤ ਸਾਗਰ ਦਾ ਡੈਮ ਰੋਸ਼ਨ ਕਰਨਾ ਇੰਡੀਆ ਵਿੱਚ, ਅਤੇ ਇੱਕ ਸਿਟੀ ਟੈਂਟ ਹਾਊਸ ਕਰਨ ਨਾਲ ਕਾਫੀ ਮੁੰਡਿਆਂ ਨੂੰ ਰੁਜ਼ਗਾਰ ਮਿਲੇਗਾ, ਜਿਹਦੇ ਨਾਲ ਜਿਹੜੇ ਬੱਚੇ BA ਕਰਕੇ BSc ਕਰਕੇ ਘਰ ਬੈਠੇ ਹੋਏ ਆ, ਜਿਹਨਾਂ ਕੋਲ ਕੋਈ ਜੋਬ ਸੀ ਓਪਰਚੁਨਿਟੀ ਨਹੀਂ ਹੈਗੀ, ਔਰ ਹੁਣ ਉਹ ਕੀ ਕਰਨਗੇ ਆਪਣੇ ਘਰਾਂ ਦੇ ਬਾਹਰ ਦੁਕਾਨਾਂ ਤਿਆਰ ਕਰਨਗੇ, ਛੋਟਾ ਮੋਟਾ ਬਿਜ਼ਨਸ ਤਿਆਰ ਕਰਨਗੇ, ਅਤੇ ਉਹਦੇ ਨਾਲ ਉਹਦੇ ਘਰ ਦੀ ਰੋਜ਼ੀ ਰੋਟੀ ਚੱਲੇਗੀ। ਅਤੇ ਸਰਕਾਰ ਦਾ ਵੀ ਬਹੁਤ ਧੰਨਵਾਦ ਹੈਗਾ, ਅਤੇ ਮੇਰੇ ਭਰਾ ਨੂੰ ਇਹੀ ਬੇਨਤੀ ਹੈ ਕਿ ਜਿੱਦਾਂ ਕਿ ਰਣਜੀਤ ਸਾਗਰ ਆਉਂਦੇ ਹੋ ਘੁੰਮਣ ਅਤੇ ਦੁਕਾਨਾਂ ਤੋਂ ਜ਼ਰੂਰ ਇੱਕ ਵਿਜ਼ਿਟ ਕਰੀਓ। देखिए, धार एरिया में हमने जो रणजीत सागर डैम कंजर्वेशन रिजर्व है उसके सराउंडिंग्स में नेचुरल ब्यूटी काफ़ी ज़्यादा है, उसको टैप करने के लिए और कंजर्वेशन उसके माध्यम से कंजर्वेशन एफर्ट्स को ज़्यादा तेज़ करने के लिए हमने नेचर अवेयरनेस कैंप की के को डेवलप करने के लिए हमने टेंट सिटी का रूप में एक मॉडल विकसित कर रहे हैं जो चमरौल विलेजेस में, और ये पार्टिसिपेटरी मॉडल होगा जिसमें लोगों को इन्वॉल्व करके ही हमारे BFC या विलेज फॉरेस्ट कमेटी उसको इन्वॉल्व करके ये प्रोजेक्ट हम वहाँ पे स्टार्ट कर रहे हैं। और इसका जो मेजर अट्रैक्शन ये होगा कि लोकल लोगों को पार्टिसिपेशन होने के साथ साथ उनको एम्प्लॉयमेंट मिलेगा, और एम्प्लॉयमेंट के साथ साथ उनको जो लाइवलीहुड की अपॉर्चुनिटीज़ हैं उसको बढ़ती जाएंगी, क्योंकि जैसे जैसे लोग आते जाएंगे, टूरिस्ट आते रहेंगे, तो उनको लाइवलीहुड उनका इनकम इंक्रीज़ होगा। और इन फ्यूचर में हमने ये भी रखा है कि हमारे एकोमोडेशन फुल हो जाते हैं तो होम स्टे के लिए भी अब जा सकते हैं। तो बेसिकली इस प्रोजेक्ट का नेचर अवेयरनेस कैंप का जो मेजर ऑब्जेक्टिव ये है कि लोगों को मन में हम कंजर्वेशन की भावना जगाएं, कि लोग फॉरेस्ट के बारे में जाने, नेचर के बारे में जाने, वाइल्ड लाइफ के बारे में जाने और उसको संरक्षित करने में अपना योगदान दें। सर, ऐसे और भी प्रोजेक्ट लगाने की वहाँ पे है आपकी? ये फर्स्ट स्टेज में है और इसमें हमने नेचर ट्रेल भी बनाया है, और सेकेंड स्टेज में अगर और भी हमें अच्छा रिस्पॉन्स रहता है तो हम इसको लार्ज स्केल में करेंगे, बोटिंग इन्वॉल्व करेंगे और ज़्यादा से ज़्यादा एरिया को भी इन्वॉल्व करेंगे और होम स्टे को भी इन्वॉल्व करने की मतलब कोशिश रहेगी हमारी।